ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਰੋਡ ਟੂ ਮੈਡੀਸਨ ਪਿਛਲੇ ਕਾਫੀ ਹਫ਼ਤਿਆਂ ਦੇ ਇੱਥੇ ਮਿਹਨਤ ਕਰ ਰਹੇ ਹਾਂ ਟਿਕਰੀ ਬਾਰਡਰ ਤੇ ਅੱਜ ਸਾਨੂੰ ਸਿੰਘੂ ਬਾਰਡਰ ਆਉਣ ਦਾ ਮੌਕਾ ਮਿਲਿਆ ਕਦੀ ਟਾਈਮ ਹੀ ਨਹੀਂ ਇੰਨਾ ਹੈਗਾ ਸੀ ਕਿ ਇੱਥੇ ਆ ਸਕੀਏ ਇੱਥੋਂ ਦਾ ਥੋੜ੍ਹਾ ਮਾਹੌਲ ਵੇਖਿਆ ਇੱਥੇ ਸਪੀਚ ਦੇਣ ਦਾ ਮੌਕਾ ਮਿਲਿਆ ਉਹ ਵੀ ਤੁਹਾਨੂੰ ਸਪੀਚ ਵੀ ਸੁਣਾਵਾਂਗੇ ਕੱਲ੍ਹ ਟਿਕਰੀ ਸਪੀਚ ਦਿੱਤੀ ਉਹ ਸਾਰਾ ਤੁਹਾਨੂੰ ਸਪੀਚ ਐਪੀਸੋਡ ਤੋਂ ਬਾਅਦ ਸੁਣਾਵਾਂਗੇ ਪਰ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਇੱਕ ਸਭ ਤੋਂ ਜ਼ਰੂਰੀ ਗੱਲ ਆ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਦਾ ਸੰਘਰਸ਼ ਆ ਹੋ ਸਕਦਾ ਇੱਕ ਦੋ ਤਿੰਨ ਚਾਰ ਸਾਲ ਚੱਲੇ ਸੋ ਸਾਰਿਆਂ ਨੂੰ ਉਹ ਚੀਜ਼ ਲਈ ਰੈਡੀ ਹੋਣਾ ਚਾਹੀਦਾ ਅਤੇ ਵੱਡੀ ਗੱਲ ਇਹ ਆ ਵੇਖੋ ਆਪਾਂ ਸ਼ਾਂਤੀ ਪਸੰਦ ਕਰਦੇ ਹਾਂ ਹੈ ਨਾ ਆਪਾਂ ਨੂੰ ਪਤਾ ਕਿ ਇਹ ਜਿਹੜਾ ਸੰਘਰਸ਼ ਆ ਇਹ ਵਾਇਲੈਂਸ ਨਾਲ ਤੁਸੀਂ ਜਿੱਤ ਨਹੀਂ ਸਕਦੇ ਤੁਸੀਂ ਲੜਾਈਆਂ ਨਹੀਂ ਕਰ ਸਕਦੇ ਇੱਥੇ ਜੇ ਤੁਸੀਂ ਲੜੋਗੇ ਤਾਂ ਤੁਸੀਂ ਇਹ ਮੋਰਚੇ ਨੂੰ ਖਤਮ ਕਰਦੇ ਹੋ ਤੁਸੀਂ ਇਹ ਮੋਰਚੇ ਦੇ ਦੁਸ਼ਮਣ ਹੋ ਸੋ ਵੱਡੀ ਗੱਲ ਇਹ ਆ ਕਿ ਪਿਆਰ ਨਾਲ ਰਹੋ ਜੇ ਤੁਹਾਨੂੰ ਕੋਈ ਉਕਸਾਉਂਦਾ ਕੋਈ ਪੁਲਿਸ ਵਾਲਾ ਤੁਹਾਨੂੰ ਕੁਝ ਗਲਤ ਬੋਲਦਾ ਸੀਆਰਪੀ ਵਾਲਾ ਤੁਹਾਨੂੰ ਕੋਈ ਗਲਤ ਬੋਲਦਾ ਉਹ ਤੁਹਾਡਾ ਭਰਾ ਆ ਉਹ ਵੀ ਕੋਈ ਕਿਸਾਨ ਦਾ ਪੁੱਤਰ ਹੀ ਹੋਊਗਾ ਅਤੇ ਉਹਦੀ ਗਲਤੀ ਮਾਫ਼ ਕਰੋ ਉਦੋਂ ਅੰਦਰ ਹੀ ਆਪਣੇ ਪਾਠ ਕਰਨਾ ਸ਼ੁਰੂ ਕਰ ਦਿਓ ਪੂਜਾ ਕਰਨੀ ਸ਼ੁਰੂ ਕਰ ਦਿਓ ਉਹਨੂੰ ਮਾਫ਼ ਕਰਕੇ ਅੱਗੇ ਚੱਲ ਜਾਓ ਇਹ ਲੜਾਈ ਤੁਸੀਂ ਲੜ ਕੇ ਨਹੀਂ ਜਿੱਤ ਸਕਦੇ ਇਹ ਲੜਾਈ ਕਲਮਾਂ ਦੀ ਆ ਇਹ ਸਾਡੇ ਵੱਡੇ ਵਡੇਰੇ ਸਾਨੂੰ ਦੱਸ ਗਏ ਆ ਜਦ ਤੱਕ ਉਹ ਦੁਸ਼ਮਣ ਤੁਹਾਡੇ 'ਤੇ ਭਾਰੀ ਨਹੀਂ ਹੁੰਦਾ ਤੁਸੀਂ ਕਦੀ ਵੀ ਲੜੋ ਨਾ ਤੁਸੀਂ ਆਪਣੀ ਪੇਸ਼ੈਂਸ ਨਾਲ ਲੂਜ਼ ਕਰੋ ਤੁਹਾਨੂੰ ਦੁਨੀਆ ਵੇਖ ਰਹੀ ਆ ਇੰਟਰਨੈਸ਼ਨਲ ਮੀਡੀਆ ਵੇਖ ਰਿਹਾ ਦੂਜੀ ਗੱਲ ਹੁਣ ਮੈਂ ਵੀ ਥੱਕ ਗਿਆ ਯਾਰ ਇੰਡੀਅਨ ਮੀਡੀਆ ਨਹੀਂ ਆਉਂਦਾ ਇੰਡੀਅਨ ਮੀਡੀਆ ਨਹੀਂ ਆਉਂਦਾ ਨਾ ਆਵੇ ਜਿੰਨੇ ਵੀ ਮੇਰੇ ਬਾਹਰ ਬੈਠੇ ਭਰਾ ਆ ਨਾ ਯਾਰ ਤੁਹਾਡੇ ਕੋਲ ਇੰਟਰਨੈਸ਼ਨਲ ਮੀਡੀਆ ਵਾ BBC ਤੁਹਾਡੇ ਕੋਲ ਆ CNN ਤੁਹਾਡੇ ਕੋਲ ਆ MSNBC ਤੁਹਾਡੇ ਕੋਲ ਆ ਕਿਹੜੇ ਕਿਹੜੇ ਸਕਾਈ ਨੈਟਵਰਕ ਆ ਇੰਗਲੈਂਡ ਦਾ ਉਹਨਾਂ ਨੂੰ ਰੀਚ ਆਊਟ ਕਰੋ ਠੀਕ ਹੈ ਜੇ ਇੱਥੋਂ ਦੇ ਚੈਨਲ ਨਹੀਂ ਕਵਰ ਕਰਦੇ ਇੰਟਰਨੈਸ਼ਨਲ ਮੀਡੀਆ ਇੱਥੇ ਲੈ ਕੇ ਆਓ ਯਾਰ ਇਹ ਗੱਲ ਇੰਟਰਨੈਸ਼ਨਲ ਨਹੀਂ ਆ ਜਦੋਂ ਵੀ ਕੋਈ ਕਿਤੇ ਵੀ ਜੰਗ ਲੜਦੀ ਹੈ ਕੋਈ ਵੀ ਕਿਤੇ ਕੋਈ ਵੀ ਪ੍ਰੋਬਲਮ ਆਉਂਦੀ ਦੁਨੀਆ 'ਚ ਸਿੱਖ ਅੱਗੇ ਆਉਂਦੇ ਆ ਕਿਸਾਨਾਂ ਦੇ ਪੁੱਤ ਅੱਗੇ ਆਉਂਦੇ ਆ ਇੰਡੀਅਨ ਅੱਗੇ ਆਉਂਦੇ ਆ ਅਤੇ ਜੇ ਹੁਣ ਇੰਡੀਅਨਸ 'ਤੇ ਕਿਸਾਨਾਂ 'ਤੇ ਇੰਨੀ ਵੱਡੀ ਭੀੜ ਪਈ ਆ ਯਾਰ ਸੜਕਾਂ 'ਤੇ ਲੋਕ ਮਾਰ ਰਹੇ ਆ ਅਤੇ ਇੰਟਰਨੈਸ਼ਨਲ ਮੀਡੀਆ ਕੀ ਵਿਖਾ ਰਿਹਾ ਜਾਂ ਨੈਸ਼ਨਲ ਮੀਡੀਆ ਕੀ ਵਿਖਾ ਰਿਹਾ ਜਲੇਬੀਆਂ ਡੋਮਿਨੋ ਪੀਜ਼ੇ ਇਹ ਅਸੀਂ ਨਹੀਂ ਆ ਇਹ ਵਿਖਾਉਣਾ ਬੰਦ ਕਰੋ ਇੱਥੇ ਲੋਕ ਵਾਕਿਆ ਹੀ ਤੜਫ ਹੁੰਦੇ ਆ ਇੱਥੋਂ ਦਾ ਦਰਦ ਵੀ ਵਿਖਾਓ ਠੀਕ ਹੈ ਅਸੀਂ ਚੜ੍ਹਦੀ ਕਲਾ ਵਾਲੇ ਲੋਕ ਆ ਅਸੀਂ ਕਦੀ ਵੀ ਰੋਵਾਂਗੇ ਨਹੀਂ ਅਸੀਂ ਚੜ੍ਹਦੀ ਕਲਾ 'ਚ ਰਵਾਂਗੇ ਜਿੰਨਾ ਮਰਜ਼ੀ ਸਾਡੇ ਅੰਦਰ ਦਰਦ ਹੋਵੇ ਪਰ ਯਾਰ ਕਿਤੇ ਨਾ ਕਿਤੇ ਤੁਸੀਂ ਆਓ ਇਹਨਾਂ ਦਾ ਦਰਦ ਵੇਖੋ ਤੁਸੀਂ ਹਿਊਮੈਨਿਟੀ ਨੂੰ ਵੇਖੋ ਤੁਸੀਂ ਜਿਹੜਾ ਬੰਦਾ ਇਸ ਵੇਲੇ ਇਹਨਾਂ ਦਾ ਦਰਦ ਸਮਝ ਨਹੀਂ ਨਾ ਸਕਦਾ ਉਹ ਮੈਂ ਕਹਿੰਦਾ ਹਿਊਮੈਨਿਟੀ ਦੇ ਕਲੰਕ ਆ ਜੇ ਤੁਸੀਂ ਇਹਨਾਂ ਦਾ ਦਰਦ ਨਹੀਂ ਸਮਝ ਸਕਦੇ ਹੁਣ ਕਿੰਨੇ ਦਿਨ ਹੋ ਗਏ ਆ ਇੱਥੇ ਬਜ਼ੁਰਗ ਠੰਡਾ ਵਿੱਚ ਕਿੰਨੀ ਸਰਦੀ ਆ ਉਹਦੇ ਵਿੱਚ ਰਹਿਣ ਦੇ ਆ ਮੇਰੇ ਹੱਥਾਂ 'ਚ 10 ਦਿਨ ਪਹਿਲਾਂ ਬਜ਼ੁਰਗ ਦੀ ਮੌਤ ਹੋਈ ਅਸੀਂ ਕਵਰ ਕੀਤੀ ਸੀ ਉਹ ਗੱਲ ਕਿ ਉਸੇ ਕਰਕੇ ਅਸੀਂ ਆਪਣਾ ਜਿਹੜਾ ਰਹਿਣ ਬਸੇਰੇ ਦਾ ਕੰਮ ਕੀਤਾ ਉਹ ਕੀਤਾ ਸੋ ਗੱਲ ਇਹ ਹੋਈ ਮੈਂ ਕਦੀ ਵੀ ਸਟੇਜਾਂ 'ਤੇ ਬੋਲਣਾ ਨਹੀਂ ਚਾਹੁੰਦਾ ਮੈਨੂੰ ਬੜੇ ਮਿੱਤਰਾਂ ਨੇ ਕਿਹਾ ਤੂੰ ਸਟੇਜ 'ਤੇ ਬੋਲ ਸਟੇਜਾਂ ਵਾਲਿਆਂ ਨੇ ਵੀ ਇੱਥੇ ਮੈਨੂੰ ਇਨਵੀਟੇਸ਼ਨ ਦਿੱਤੀ ਪਹਿਲੇ ਦਿਨ ਤੋਂ ਕਿਉਂਕਿ ਆਉਂਦੇ ਯਾਰ ਅਮਰੀਕਾ ਤੋਂ ਡਾਕਟਰ ਆਇਆ ਕਾਰਡੀਓਲੋਜਿਸਟ ਆ ਵੱਡੀ ਗੱਲ ਆ ਚੱਲ ਬਈ ਸਟੇਜ 'ਤੇ ਮੈਂ ਕਿਹਾ ਐ ਨਹੀਂ ਮੈਂ ਸਟੇਜ 'ਤੇ ਜਾਣਾ ਨਾ ਮੈਂ ਕਿਸੇ ਨੂੰ ਦੱਸਿਆ ਮੇਰੇ ਫਾਦਰ ਸਾਹਿਬ ਦਾ ਨਾਮ ਕਿਉਂਕਿ ਮੈਨੂੰ ਪਤਾ ਸੀ ਜਦੋਂ ਕਿਸੇ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆਪੇ ਮੇਰੇ ਕੋਲ ਆਉਣਾ ਪਰ ਮੈਂ ਚਾਹੁੰਦਾ ਨਹੀਂ ਹਾਂ ਕਿਉਂਕਿ ਤੁਹਾਡਾ ਕੰਮ ਬੋਲਣਾ ਚਾਹੀਦਾ ਕੰਮ ਕੀਤਾ ਇੱਥੇ ਆ ਕੇ ਪਹਿਲਾਂ ਅਸੀਂ ਆਪਣਾ ਜਿਹੜਾ ਮੈਡੀਕਲ ਦਾ ਕੰਮ ਕੀਤਾ ਵੀਰ ਨਾਲ ਲੜੇ ਵਾਲੰਟੀਅਰਸ ਅਸਾਮ ਤੋਂ ਕਿੱਥੋਂ ਕਰਨਾਟਕਾ ਤੋਂ ਦੂਰੋਂ ਦੂਰੋਂ ਸਾਡੇ ਕੋਲ ਵਾਲੰਟੀਅਰਸ ਡਾਕਟਰਸ ਆਏ ਆ ਟੀਮਾਂ ਜਿਹੜੀਆਂ ਉਹਨਾਂ ਨੇ ਆ ਕੇ ਹੈਲਪ ਕੀਤੀਆਂ ਨਰਸਿਸ ਸਟਾਫ ਫਾਰਮਾਸਿਸਟ ਸਾਡੇ ਭੈਣ ਭਰਾ ਅਸੀਂ ਅਜੇ ਵੀ ਇਨਵਾਈਟ ਕਰਦੇ ਹਾਂ ਹੋਰ ਡਾਕਟਰਾਂ ਨੂੰ ਹੁਣ ਸਾਡਾ ਟੈਲੀਮੈਡੀਸਨ ਦਾ ਵੀ ਕੰਮ ਸ਼ੁਰੂ ਹੋਣ ਜਾ ਰਿਹਾ ਉਹਨੂੰ ਵੀ ਜੁਆਇਨ ਕਰੋ ਦੂਜਾ ਕੰਮ ਗਿਆਨ ਦੀ ਲਾਇਬ੍ਰੇਰੀ ਬਹੁਤ ਵਧੀਆ ਚੱਲੀ ਕਿਉਂਕਿ ਇੰਟਰਨੈਸ਼ਨਲੀ ਸਾਨੂੰ ਦੱਸਿਆ ਗਿਆ ਕਿ ਇਹ ਯਾਰ ਕਿਤੇ ਅੱਤਵਾਦੀ ਲੋਕ ਆ ਜਾਂ ਕੋਈ ਹੋਰ ਲੋਕ ਆ ਉਹ ਵੀ ਅਸੀਂ ਗੱਲ ਖਤਮ ਕਰਤੀ ਕਿਉਂਕਿ ਇੱਥੇ ਪੜ੍ਹਨ ਵਾਲੇ ਲੋਕ ਆ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਕੋਈ PhD ਆ ਤੀਜਾ ਕੰਮ ਸਾਫ਼ ਸਫਾਈ ਦਾ ਸੀ ਉਹ ਵੀ ਅਸੀਂ ਪੂਰੇ ਵਧੀਆ ਤਰ੍ਹਾਂ ਕੀਤਾ ਚੌਥਾ ਰਹਿਣ ਬਸੇਰਿਆਂ ਦਾ ਅਸੀਂ 10 ਕੁ ਦਿਨ ਪਹਿਲਾਂ ਜਦੋਂ ਉਹ ਮੌਤ ਹੋਈ ਬਜ਼ੁਰਗ ਦੀ ਹੱਥੋਂ ਅਸੀਂ ਜਰ ਨਾ ਪਾਏ ਅਤੇ ਇਹ ਨਹੀਂ ਕਿ ਉਹ ਇਕੱਲਾ ਕਿਸਾਨ ਇੱਕੋ ਹੀ ਜਿਹਨੇ ਠੰਡ ਕਰਕੇ ਮੌਤ ਹੋਈ ਹੋਰ ਵੀ ਬਹੁਤ ਜਿਨ੍ਹਾਂ ਦੇ ਇਹ ਠੰਡ ਕਰਕੇ ਜਿਹਨਾਂ ਦੀ ਮੌਤ ਹੋਈ ਜਦੋਂ ਠੰਡ ਹੁੰਦੀ ਆ ਤੁਹਾਡਾ ਸਿੰਪਥੈਟਿਕ ਰਿਸਪੌਂਸ ਆ ਤੁਹਾਡੀ ਹਾਰਟ ਰੇਟ ਵੱਧਦੀ ਆ ਜੇ ਕਦੀ ਵੀ ਅੱਗੇ ਵੀ ਕਿਸੇ ਬੰਦੇ ਦੇ ਹਾਰਟ 'ਚ ਕੋਈ ਪ੍ਰੋਬਲਮ ਹੋਵੇ ਜਾਂ ਸਰੀਰ ਕਮਜ਼ੋਰ ਹੋਵੇ ਉਹ ਮਰ ਸਕਦਾ ਅਸੀਂ ਲੋਕਾਂ ਨੂੰ ਤੁਸੀਂ ਜਿੰਨਾ ਮਰਜ਼ੀ ਇੱਥੇ ਡਰਾ ਲਓ ਤੁਸੀਂ ਕਹਿ ਦਿਓ ਯਾਰ ਇੱਦਾਂ ਤੁਸੀਂ ਨਾ ਕਰੋ ਜਾਂ ਘਰੇ ਚੱਲ ਜਾਓ ਉਹ ਇਹੋ ਹੀ ਕਹਿਣਗੇ ਅਸੀਂ ਘਰ ਨਹੀਂ ਮੁੜਦੇ ਸਾਨੂੰ ਮੌਤ ਪਸੰਦ ਆ ਅਸੀਂ ਮਰਨਾ ਮਨਜ਼ੂਰ ਆ ਪਰ ਇੱਥੋਂ ਵਾਪਸ ਨਹੀਂ ਮੁੜਨਾ ਮਨਜ਼ੂਰ ਸੋ ਗੱਲ ਉਹਨਾਂ ਦੇ ਜਜ਼ਬੇ ਬਹੁਤ ਜ਼ਿਆਦੇ ਆ ਫਿਰ ਸਾਨੂੰ ਕੁਝ ਕਰਨਾ ਪੈਣਾ ਅਸੀਂ ਰਹਿਣ ਬਸੇਰਿਆਂ ਦਾ ਕੀਤਾ ਨਾਲ ਅਸੀਂ ਪਿਛਲੇ ਹੁਣ 10-15 ਦਿਨ ਹੋ ਗਏ ਆ ਸਾਰੇ ਜਥੇਬੰਦੀਆਂ ਨੂੰ ਰਿਕੁਐਸਟ ਕਰ ਰਹੇ ਆ ਰਹਿਣ ਬਸੇਰਿਆਂ ਦਾ ਕੰਮ ਕਰੋ ਰਹਿਣ ਬਸੇਰਿਆਂ ਦਾ ਕੰਮ ਬਹੁਤ ਵਧੀਆ ਹੋ ਰਿਹਾ ਸਾਡੇ ਵੱਲੋਂ ਵੀ ਜਿਹੜਾ ਟੀਚਾ ਅਸੀਂ ਲਿਆ ਸੀ ਉਹ ਪੂਰਾ ਕਰ ਰਹੇ ਹਾਂ ਜਿਹੜੇ ਦੂਜੇ ਆ ਉਹ ਵੀ ਸਾਡਾ ਸਾਥ ਦੇ ਰਹੇ ਹੁਣ ਵੇਖਣ ਦੇ ਥਾਂ ਥਾਂ 'ਤੇ ਇੱਥੇ ਸਿੰਘੂ ਬਾਰਡਰ 'ਤੇ ਖਾਸ ਕਰਕੇ ਵੇਖਣ ਨੂੰ ਮਿਲਿਆ ਬਹੁਤ ਵਧੀਆ ਰਹਿਣ ਬਸੇਰਿਆਂ ਦਾ ਕੰਮ ਹੋਇਆ ਗੱਲ ਮੈਂ ਸਪੀਚ ਦੀ ਕਰਾਂ ਉਹ ਸਪੀਚ ਕਿਉਂ ਦੇਣੀ ਪਈ ਕੱਲ੍ਹ ਟਿਕਰੀ ਬਾਰਡਰ 'ਤੇ ਮੈਂ ਬੋਲਿਆ ਸੀ
ਉਹਦਾ ਰੀਜ਼ਨ ਇਹੋ ਹੀ ਕਿ ਹੁਣ ਕੰਮ ਕੀਤਾ ਆ ਚਾਰ ਕੰਮ ਜਿਹੜੇ ਤੁਹਾਨੂੰ ਗਣਾਏ ਉਹ ਕੰਮ ਕੀਤੇ ਆ ਹੁਣ ਗੱਲ ਸੀ ਕਿ ਅੱਗੇ ਲੋਕਾਂ ਤੱਕ ਪਹੁੰਚਾਉਣ ਦੀ ਇੰਟਰਨੈਸ਼ਨਲ ਮੀਡੀਆ ਤੱਕ ਪਹੁੰਚਾਉਣ ਦੀ ਜਿਹੜੇ ਸੁੱਤੇ ਆ ਜਿਹੜੇ ਬੋਲੇ ਆ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਕਿ ਇੱਥੋਂ ਦੀ ਗਰਾਊਂਡ ਰਿਐਲਿਟੀ ਕੀ ਆ ਉਹਦੇ ਕਰਕੇ ਕੱਲ੍ਹ ਟਿੱਕਰੀ ਬੋਲਿਆ ਮੈਨੂੰ ਟਿੱਕਰੀ ਬੋਲਣ ਦਾ ਮੌਕਾ ਮਿਲਿਆ ਅੱਜ ਸਿੰਘੂ ਇਨਵਾਈਟ ਕੀਤਾ ਗਿਆ ਕਿ ਇੱਥੇ ਆ ਕੇ ਵੀ ਬੋਲੋ ਇੱਥੇ ਵੀ ਸਪੀਚ ਦਿੱਤੀ ਜਿਹੜੀ ਤੁਹਾਨੂੰ ਸੁਣਾਵਾਂਗੇ ਉਹਦਾ ਬੇਸ ਰੀਜ਼ਨ ਇਹ ਨਹੀਂ ਆ ਅਸੀਂ ਆਪਣਾ ਵਿਖਾਵਾ ਕਰੀਏ ਹੁਣ ਵੀਰ ਦਿਨ ਰਾਤ ਇੱਕ ਕਰਦੇ ਆ ਐਸੋਸੀਏਸ਼ਨ ਦੇ ਹੁਣ ਮੈਂ ਇੱਥੇ ਸਿੰਘੂ ਆ ਗਿਆ ਪਰ ਪਿੱਛੇ ਪੂਰੀ ਆਪਣੀ ਟੀਮ ਛੱਡ ਆਇਆ ਉਹਨਾਂ ਦੇ ਸਿਰ 'ਤੇ ਮੈਂ ਇੱਥੇ ਹਾਂ ਸੋ ਕੋਈ ਵੀ ਇੱਕ ਬੰਦੇ ਦਾ ਕੰਮ ਨਹੀਂ ਹੈ ਸਾਡੀ ਪੂਰੀ ਟੀਮ ਦਾ ਕੰਮ ਆ ਔਰ ਇਕੱਲੀ ਸਾਡੀ ਟੀਮ ਨਹੀਂ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਨਾਲ ਲੜੀਆਂ ਵਾ ਹੋਰ ਆਰਗੇਨਾਈਜੇਸ਼ਨਾਂ ਰਲ ਗਈਆਂ ਵਾ ਗੁਰਦੁਆਰੇ ਸਾਹਿਬ ਅਮਰੀਕਾ ਤੋਂ ਰਲ ਗਏ ਆ ਇੱਦਾਂ ਹੀ ਮੈਂ ਸਾਰੇ ਜਿੰਨੀਆਂ ਵੀ ਅਮਰੀਕਾ ਕੈਨੇਡਾ 'ਚ ਗੁਰਦੁਆਰੇ ਸਾਹਿਬ ਆ ਬਾਹਰ ਦੇਸ਼ਾਂ 'ਚ ਆ ਉਹਨਾਂ ਨੂੰ ਇਹੋ ਕਿੰਨਾ ਇਕੱਠੇ ਹੋ ਜਾਓ ਇਕੱਲੇ ਇਕੱਲੇ ਕੰਮ ਨਾ ਕਰੋ ਜਿਹੜੀਆਂ ਆਰਗੇਨਾਈਜੇਸ਼ਨਾਂ ਕੰਮ ਕਰਨੀਆਂ ਵਾ ਉਹਨਾਂ ਨਾਲ ਰਲ ਕੇ ਕੰਮ ਕਰੋ ਪੈਸਾ ਡੋਨੇਸ਼ਨ ਦਾ ਤਾਂ ਕੋਈ ਸਵਾਲ ਨਹੀਂ ਉੱਠਦਾ ਇਹ ਕੋਈ ਟਾਈਮ ਨਹੀਂ ਹੈ ਪੈਸਿਆਂ ਦਾ ਜਿਹੜੀ ਚੀਜ਼ ਜਿਹਨੂੰ ਚਾਹੀਦੀ ਉਹ ਉੱਧਰ ਤੱਕ ਪਹੁੰਚਾਓ ਬੈਸਟ ਚੀਜ਼ ਇਹ ਆ ਪੈਸਿਆਂ ਦੀ ਇਹ ਖੇਡ ਨਹੀਂ ਆ ਸੋ ਇਹ ਨਾ ਸੋਚੋ ਤੁਸੀਂ ਕਿਸੇ ਵੱਲ ਪੈਸੇ ਸੁੱਟ ਦੋਗੇ ਉਹ ਗੱਲ ਕੋਈ ਆ ਗੱਲ ਕੋਈ ਨਹੀਂ ਆ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਜੋ ਵੀ ਸਾਨੂੰ ਚੀਜ਼ ਆ ਅਸੀਂ ਤੁਹਾਡੇ ਤੱਕ ਰੱਖਾਂਗੇ ਵੀਰ ਅੱਜ ਤੱਕ ਸਾਡੇ ਕਾਫੀ ਗੁਰਦੁਆਰਾ ਸਾਹਿਬ ਰਲ ਗਏ ਆ ਹੋਰ ਵੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਕੰਮ ਵਾਲੇ ਇੱਕੋ ਜੇ ਸਾਨੂੰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਸਾਡੇ ਨਾਲ ਰਲੋ ਅਤੇ ਜੋ ਅਸੀਂ ਕਈ 'ਤੇ ਕੰਮ ਕਰਨਾ ਚਾਹੁੰਦੇ ਹਾਂ ਅਸੀਂ 4000 ਦਾ ਟੀਚਾ ਲਿਆ ਉਹ ਪੂਰਾ ਕੀਤਾ ਅੱਗੇ 10000 20000 ਜਿੰਨੀ ਵੀ ਲੋੜ ਹੋਊਗੀ ਉਨੀਆਂ ਬੀਬੀਆਂ ਨੂੰ ਉਹਨਾਂ ਲਈ ਰਹਿਣ ਬਸੇਰਾ ਬਣਾਵਾਂਗੇ ਕਿਉਂਕਿ ਉਹਦੀ ਲੋੜ ਆ ਅਸੀਂ ਸਪੋਰਟਸ ਦਾ ਕੰਮ ਕਰ ਰਹੇ ਹਾਂ ਵਾਲੀਬਾਲ ਨੈੱਟ ਆ ਆਉਣ ਵਾਲੇ ਟਾਈਮ 'ਚ ਕਬੱਡੀ ਕੱਪ ਕਰਾਉਣਾ ਵਾ ਰੈਸਲਿੰਗ ਕੱਪ ਕਰਾਉਣਾ ਵਾ ਇੱਦਾਂ ਹੀ ਸਾਡੀ ਗਿਆਨ ਦੀ ਲਾਇਬ੍ਰੇਰੀ ਆ ਇੱਦਾਂ ਹੀ ਬਾਬਾ ਜੀ ਸੇਵਾ ਸਿੰਘ ਨੇ ਆਪਣੀ ਪੂਰੀ ਟੀਮ ਭੇਜੀ ਆ ਉਹਨਾਂ ਦੇ ਨਾਲ ਸਿੱਕੀ ਸਕੂਲ ਸਥਾਪਿਤ ਹੋਇਆ ਵਾ ਜਿੱਥੇ ਅਸੀਂ ਨਾ ਕੀ ਗੁਰਬਾਣੀ ਨਾਲ ਜੁੜਾਂਗੇ ਨਾਲੇ ਹੋਰ ਜਿਹੜੇ ਆਪਣੇ ਸਿੱਖ ਲੀਡਰ ਹੋਏ ਜਰਨੈਲ ਹੋਇਆ ਉਹਨਾਂ ਨਾਲ ਵੀ ਜੁੜਾਂਗੇ ਇੱਦਾਂ ਹੀ ਨਾਲ ਰੈਵੋਲੂਸ਼ਨਰੀ ਸਕੂਲ ਸ਼ੁਰੂ ਕੀਤਾ ਜਾਊਗਾ ਜਿੱਥੇ ਤੁਹਾਨੂੰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਹੋਰ ਜਿਹੜੇ ਸਾਡੇ ਦੇਸ਼ ਭਗਤ ਹੋਏ ਜਿਨ੍ਹਾਂ ਨੇ ਹਿੰਦੁਸਤਾਨ ਲਈ ਜਾਨਾਂ ਦਿੱਤੀਆਂ ਉਹਨਾਂ ਨਾਲ ਜੋੜਾਂਗੇ ਲਾਸਟ ਚੀਜ਼ ਜਿਹੜੀ ਮੈਂ ਇਹ ਜਿਹੜਾ ਮੇਰਾ ਰੀਜ਼ਨ ਸੀ ਉਹ ਸਪੀਚ ਦੇਣ ਦਾ ਵੇਖੋ ਕਿੱਦਾਂ ਵੀਰ ਖੇਡਣ ਦੇ ਇਹੋ ਜਿਹਾ ਮਾਹੌਲ ਆ ਬੜੀ ਚੜ੍ਹਦੀ ਕਲਾ ਵਾਲੇ ਲੋਕ ਆ ਇੰਜੋਏ ਕਰ ਰਹੇ ਆ ਰਾਤ ਨੂੰ ਇਹਨਾਂ ਨੇ ਬਹੁਤ ਲੋਕਾਂ ਨੇ ਵਿੱਚੋਂ ਲੰਗਰ ਵੀ ਬਣਾਉਣਾ ਸੋ ਕੰਮ ਵੀ ਕਰਦੇ ਆ ਯੂਥ ਆ ਜਿਨ੍ਹਾਂ ਨੂੰ ਕਿਤੇ ਕਦੀ ਕਿਸੇ ਨੇ ਕਹਿਤਾ ਸੀ ਯਾਰ ਇਹ ਕੋਈ ਡਰੱਗੀ ਆ ਜਾਂ ਉਹ ਆ ਇੱਥੇ ਵੇਖੋ ਆ ਗਏ ਪੰਜਾਬ ਦਾ ਯੂਥ ਆਪਣੇ ਬਜ਼ੁਰਗਾਂ ਨਾਲ ਖਲੋਤਾ ਕਈ ਉਹ ਆ ਜਿਹੜੇ ਅਜੇ ਵੀ ਮੈਂ ਜਿਹਨਾਂ ਨੂੰ ਕਹੂੰਗਾ ਕਿ ਯਾਰ ਉੱਠ ਜਾਓ ਜਾਗ ਜਾਓ ਤੁਹਾਡੇ ਬਜ਼ੁਰਗ ਇੱਥੇ ਸੜਕਾਂ 'ਤੇ ਮਰ ਰਹੇ ਆ ਅਤੇ ਤੁਸੀਂ ਘਰਾਂ 'ਚ ਰਜਾਈਆਂ 'ਚ ਬੈਠੇ ਜਾਓ ਆਹ ਵੇਖੋ ਮੁੰਡਿਆਂ ਵਾਲਾ ਇਹਨਾਂ ਨੂੰ ਜੁਆਇਨ ਕਰੋ ਇਹਨਾਂ ਦੇ ਨਾਲ ਆ ਕੇ ਰਲੋ ਅਤੇ ਬਾਕੀ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ ਮੈਂ ਤੁਹਾਨੂੰ ਇਹੋ ਹੀ ਦੱਸਦਾ ਗਰਾਊਂਡ ਰਿਐਲਿਟੀ ਇਸ ਵੇਲੇ ਜੋ ਬੇਸਿਕ ਮੈਂ ਇੱਕ ਤੁਹਾਨੂੰ ਨਿਚੋੜ ਕੱਢਦਾ ਲੋੜ ਆ ਇਕੱਠ ਦੀ ਇਕੱਠ ਦੀ ਲੋੜ ਆ ਲੋਕਾਂ ਵਿੱਚ ਜਿਹੜੇ ਅਮਰੀਕਾ ਬੈਠੇ ਆ ਕਿ ਪਹਿਚਾਨੋ ਕਿ ਪਹਿਲੀ ਗੱਲ ਕਿ ਕਿਹੜੇ ਲੋਕ ਕੰਮ ਕਰ ਰਹੇ ਆ ਔਰ ਆਪਣੇ ਜਿੰਨਾ ਜਿਹੜੇ ਜਥੇਬੰਦੀਆਂ ਨੂੰ ਤੁਸੀਂ ਪੈਸੇ ਦਿੰਦੇ ਉਹਨਾਂ ਨੂੰ ਪੁੱਛੋ ਕਿ ਉਹ ਕੀ ਕੰਮ ਕਰ ਰਹੇ ਆ ਉਹਨਾਂ 'ਤੇ ਕੰਟਰੋਲ ਹੋਵੇ ਤੁਹਾਡਾ ਦੂਜੀ ਗੱਲ ਇਹ ਆ ਸੇਫਟੀ ਦੂਜੀ ਗੱਲ ਇਹ ਆ ਜਿਹੜੀ ਪੇਸ਼ੈਂਸ ਪੇਸ਼ੈਂਸ ਨਾਲ ਲੂਜ਼ ਕਰੋ ਐਵੇਂ ਚੁੱਕਵੇਂ ਬਿਆਨ ਨਾ ਦਿਓ ਆਹ ਕਰ ਦਾਂਗੇ ਉਹ ਕਰ ਦਾਂਗੇ ਉਹਨੂੰ ਮਾਰ ਦਾਂਗੇ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਇਸ ਸੰਘਰਸ਼ ਨੂੰ ਸਾਡੇ ਸਾਰੀ ਦੁਨੀਆ ਦੇ ਸਾਹਮਣੇ ਸਾਡਾ ਤੁਸੀਂ ਮਜ਼ਾਕ ਉਡਾ ਰਹੇ ਹੋ ਸਾਨੂੰ ਗਲਤ ਕਰਾਰ ਕਰਾ ਰਹੇ ਹੋ ਸਾਰੇ ਹੀ ਸਾਡਾ ਜ਼ੋਰ ਲੱਗ ਗਿਆ ਇੱਥੇ ਕਹਿਣ ਨੂੰ ਕਿ ਅਸੀਂ ਇਹ ਬੜਾ ਸ਼ਾਂਤੀ ਮਾਹੌਲ ਆ ਵੇਖੋ ਤੁਸੀਂ ਇੱਥੇ ਖੇਡਾਂ ਖੇਡ ਰਹੇ ਆ ਜੇ ਇੰਨਾ ਇੱਥੇ ਪੁਲਿਸ ਦਾ ਜਾਮ ਹੁੰਦਾ ਤਾਂ ਕੀ ਇੱਦਾਂ ਨੈੱਟ ਲੱਗ ਸਕਦੇ ਸੀ ਥਾਂ ਥਾਂ 'ਤੇ ਸਪੋਰਟਸ ਚੱਲ ਰਹੀਆਂ ਕ੍ਰਿਕਟ ਹੋਈ ਬਾਸਕਿਟਬਾਲ ਵੀ ਨੈੱਟ ਅਸੀਂ ਵੀ ਆਪਣੇ ਉੱਥੇ ਲਾਉਣਾ ਅਸੀਂ ਬਾਕੀਆਂ ਨੂੰ ਵੇਖੋ ਇਨਵਾਈਟ ਕਰਦੇ ਹਾਂ ਉਹ ਵੀ ਇਹ ਕੰਮ ਕਰਨ ਬਾਕੀ ਉਹੀ ਗੱਲ ਮੈਂ ਖਾਲਿਸਤਾਨ ਦੀ ਗੱਲ ਕਰੂੰਗਾ ਕਿਉਂਕਿ ਉਹ 10 ਕੁ ਲੋਕ ਨੇ ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਵਾ ਜਿਹੜੇ ਕਿ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ ਇੱਦਾਂ ਹੀ ਬਹੁਤ ਹੋਰ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਬਹੁਤ ਜ਼ੋਰ ਲਾਇਆ ਦੇਸ਼ ਨੂੰ ਤੋੜਨ ਲਈ ਮੈਂ ਉਹਨਾਂ ਬਾਰੇ ਇੰਨਾ ਹੀ ਕਹੂੰਗਾ ਸਾਡੇ ਬਜ਼ੁਰਗਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਜਿਹੜਾ ਕੇਸਰੀ ਨਿਸ਼ਾਨ ਆ ਜਿਹੜਾ ਕਲਰ ਆ ਇਹ ਤਿਰੰਗੇ ਦਾ ਸਭ ਤੋਂ ਉੱਪਰ ਉਹ ਸਾਡਾ ਦਿੱਤਾ ਹੋਇਆ ਸਾਡੇ ਬਜ਼ੁਰਗਾਂ ਦਾ ਅਸੀਂ ਜਾਨਾਂ ਦਿੱਤੀਆਂ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਹਰੀ ਸਿੰਘ ਨਲੂਆ ਜਰਨੈਲ ਰਣਜੀਤ ਸਿੰਘ ਕਿੱਥੋਂ ਤੱਕ ਉਹਨਾਂ ਨੇ ਜਾ ਕੇ ਆਪਣਾ ਸਿੱਖੀ ਰਾਜ ਸਥਾਪਿਤ ਕੀਤਾ ਬਾਅਦ 'ਚੋਂ ਸਾਡੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਅੱਜ ਵੀ ਜਿਹੜਾ ਜੰਗਾਂ ਵਾ ਉਹਨਾਂ 'ਚ ਸਭ ਤੋਂ ਉੱਪਰ ਲੋਕ ਆਉਂਦੇ ਉਹ ਕਿਸਾਨਾਂ ਦੇ ਪੁੱਤ ਆਉਂਦੇ ਆ ਅਸੀਂ ਕਿੱਦਾਂ ਸੋਚ ਸਕਦੇ ਹਾਂ ਦੇਸ਼ ਨੂੰ ਡਿਵਾਈਡ ਕਰਨ ਨੂੰ ਬਾਬੇ ਨਾਨਕ ਦੀ ਬਾਣੀ ਸਾਨੂੰ ਇਹ ਨਹੀਂ ਸਿਖਾਉਂਦੀ ਸੋ ਆਪਣਾ ਇਹ ਲੈਸਨ ਆ ਅਸੀਂ ਏਕਤਾ ਦੀ ਗੱਲ ਕਰੀਏ ਯੂਨਿਟੀ ਦੀ ਗੱਲ ਕਰੀਏ ਜਿਹੜੇ ਲੋਕ ਸਾਨੂੰ ਤੋੜਨਾ ਚਾਹੁੰਦੇ ਇੱਕ ਦੋ ਲੋਕ ਹੋਣਗੇ ਉਹ ਆਪਣਾ ਦੇਸ਼ ਬਣਾ ਲੈਣ ਪਰ ਇਹ ਦੇਸ਼ ਨੂੰ ਡਿਵਾਈਡ ਕਰਨ ਵਾਲਾ ਨਾ ਕਦੀ ਕੋਈ ਸਿੱਖ ਹੋ ਸਕਦਾ ਨਾ ਪੰਜਾਬੀ ਹੋ ਸਕਦਾ ਨਾ ਹੀ ਉਹ ਅਸਲੀ ਕਿਸਾਨ ਹੋ ਸਕਦਾ ਕਿਸਾਨ ਕਦੀ ਵੀ ਆਪਣੀ ਜ਼ਮੀਨ ਨੂੰ ਡਿਵਾਈਡ ਹੁੰਦਾ ਵੇਖ ਨਹੀਂ ਸਕਦਾ ਇਹ ਲੜਾਈ ਜਿਹੜੀ ਆ ਇਕੱਲੀ ਸਿੱਖਾਂ ਦੀ ਲੜਾਈ ਨਹੀਂ ਆ ਇਹ ਕਿਸਾਨਾਂ ਦੀ ਲੜਾਈ ਆ ਕਿਸਾਨ ਹਿੰਦੂ ਵੀ ਆ ਕਿਸਾਨ ਮੁਸਲਮਾਨ ਵੀ ਆ ਕਿਸਾਨ ਸਿੱਖ ਵੀ ਆ ਕ੍ਰਿਸਚਨ ਵੀ ਆ
किसान इस दुनिया में हर थां थां ते वसदा। उन्होंने ये आ कि इकट्ठे हो जाओ, एकता बनाई रखो, एकता ना अपना असली प्रचार करो, वो आ यूनिटी का, वो आ साडा जमीन का साडा जिहड़ा प्यार। बाकी छोटी जी लैंदे ब्रेक, ब्रेक तो बाद अपनी स्पीच जिहड़ी अज सिंघू बॉर्डर ते दित्ती आ उह तुहाडे अगे पेश करांगे। सत श्रीकाल जी, मैं डॉक्टर सुलेमान सिंह, पिंड मेरा पखो के। पिछले 25 सालों तो मैं अमेरिका में रह रहा, उत्थे कार्डियोलॉजिस्ट हाँ। मेरे फादर साहब सरदार जसविंदरपाल सिंह जी पखो के तो SFI के पहले प्रधान फाउंडर से सरदार लैंबर सिंह जी तगड़ होना दिला। अमरीका च मैं काफ़ी खुश हाँ, मेरा कॉन्ट्रैक्ट साइन कर लगा पिछले महीने। डॉक्टर की तनखा कुछ 5-6 लाख डॉलर होंगी आ, पर मैं पता से इतने मेरी लोड़ पै सकती है। कोविड का टाइम आ, साडे बजुर्ग सड़क पर आ, कभी भी मैं इतने आना पै सकता। पिछले महीने तो असं इतने सेवा कर रहे हैं, साडा मैडिकल कैंप चल रहा टिकरी बॉर्डर से, क्योंकि संघू इतने काफ़ी वो चीज़ा है जिहड़ियां लोगों को लोड़ सी। असं उदों के टिकरी ते हाँ, स्टेजा ते इसलिए नहीं आए क्योंकि काम करना जरूरी है, पर अज मैनू इतने बुलाया गया, मैनू फोर्स किया गया कि आके अपनी गल्लां कुछ शेयर करिए जो असं काम कर रहे हैं। सो पहला जिहड़ा असं काम कर रहे हैं वो जिहड़ा दवाइयां दा, मैं एक डॉक्टर हाँ, डॉक्टर का काम होंदा है सेवा। ये जिहड़े वीर मेरे पंजाब च दूर दूर तक जिहड़े डॉक्टर आ, वो एक गल नोट कर, साडा काम कमाई नहीं, साडा काम पैसे नहीं, असी पैसे दे पुत नहीं बनना। जदों साडे बजुर्ग होणगे सड़कां ते, ते अहीं इह सोची जाइए अहीं कोविड तो डरी जाइए, करोना तो डरीए, ते इहनां दा साथ ना दईए, शर्म आउणी चाहीदी साडी डॉक्टरी ते। साडे बजुर्गां ने सानूं इस लई डॉक्टर नहीं बनाया अहीं कि जदों उहनां नूं साडी लोड़ पवे ते अहीं लुक जाइए उत्थे। सो भावें तुसीं अमरीका च आस्ट्रेलिया किते वी जाणा, जे तुसीं इह धरती दे हो ते इत्थे पहुंचो, तुहाडे बजुर्गां नूं तुहाडी लोड़ आ। तुहाडी जिहड़ी धरती, तुहाडे गुरुआं ने इत्थे की नहीं किया, बाबे नानक की धरती, उन्हें तुहाडी लोड़ आ, इत्थे पहुंचो, इत्थे पहुंच के अपने लोगों की सेवा करो। जो डॉक्टरी का काम आ, साडा काम पैसे कमाना नहीं, वो बाद चो कमा लेंगे। दूजा काम ये दिन रात जी मेहनत आ, उसके लिए साडे लिए वॉलंटियर जैसा मेरे भरा भैन दूर दूर तो कर्नाटका तो आसाम तो आते हैं, कोई 5 दिन, कोई 6 दिन, कोई 10 दिन, कोई जदों का यह महीना शुरू हो, पिछले महीने के साडे नाल ने जदों का यह संघर्ष शुरू हो। सो असी होर पंजाब में बाकी थावों जिहड़े डॉक्टर सारे हिंदुस्तान के डॉक्टर बुलाने, इतने आगो सेवा का काम करो, सेवा की इतने सानू लोड़ आ। दूजा काम असी किया ज्ञान दा लंगर। मैं बाहर बैठा सा ते लोग कहिंदे यार ये जिहड़े किसान आ अनपढ़ आ, वो मैं कहा यार अजीब आ, वो अहीं अमरीका च कोई एग्जाम नहीं होया जिहड़ा मैं टॉप 1% जिस मेरे स्कोर नहीं आए, डॉक्टरी का कोई भी एग्जाम आ, अहीं टॉप 1% आ, पर मैं किसान का पुत आ, वो लिबास साडा देसी आ, पर अहीं पढ़े लिखे बहुत आ, ताडे चो ज्यादे प्रोफेसर होणगे, कोई इंजीनियर, कोई डॉक्टर, पर देसी बंदे आ, साडे गुरुआं ने सानू ये लिबास दिता, असीं इदां ही रहना। पर यह गलतफहमी, तुसीं ये गलतफहमी च ना आ जाइओ, पढ़े लिखे लोग आ। उहदे लई ज्ञान दा लंगर दिन रात उत्थे किताबां चलदियां, बड़ी ही खुशी मिलदी आ उह लोकां नूं, यूथ नूं जदों साडे कोल आ के किताबां लैंदे आ, पढ़ के वापस भी कर जांदे आ। फिर तीजा काम असीं साफ सफाई दा कीता। जिहड़ा किसान हुंदा ना, उहदी धरती उहदी मां आ, आपां मानदे आ ना, हिंदुस्तान की धरती अपनी मां आ, असीं इहनूं किद्दां गंदा वेख सकदे आ। सो साफ सफाई असीं करनी आ, वो चल रही आ। बाबा जी सेवा सिंह खडूर साहब उन्होंने सानूं सिखिया वा कि पोल्यूशन घट करो, जिहड़ा पानी आ उहदी वरतों ध्यान नाल करो, वह काम असीं कर रहे हैं। तो तुहानूं वी इह बेनती करदे आ कि जिद्दां आपां अपनियां पानी दीआं बोतलां वा उहनूं ध्यान नाल वरतो, उहनूं एवें सुट्टो ना, जिहड़े तुहाडे थां थां ते ट्रैशबिन लगाए आ, जिहड़ियां वड्डियां संस्थावां वा उहनूं कहा जांदा वड्डे टैंकर पानी दे रखो, स्टील दे गलास रखो, पोल्यूशन तों दूर रहो। साफ सफाई किसान दा धर्म आ। दूजी गल मैं ਇਹ ਬੇਨਤੀ ਸਾਰਿਆਂ ਨੂੰ ਕਰਦਾ, ਜਦੋਂ ਇਹ ਸੰਘਰਸ਼ ਖਤਮ ਹੋ ਗਿਆ, ਜਦੋਂ ਤੁਸੀਂ ਇਹ ਲੜਾਈ ਜਿੱਤ ਗਏ, ਉਹ ਤੋਂ ਇੱਕ ਦਿਨ ਬਾਅਦ ਜ਼ਰੂਰ ਇੱਥੇ ਸਾਰਿਆਂ ਨੇ ਰਹੋ, ਸਾਡੇ ਨਾਲ ਰਿਹੋ, ਕਿਉਂਕਿ ਉਹ ਵਾਲੇ ਦਿਨ ਤੋਂ ਬਾਅਦ ਅਗਲੇ ਦਿਨ ਮੈਂ ਫਲਾਈਟ ਕਰਕੇ ਆਪਣੇ ਅਮਰੀਕਾ ਚੱਲ ਜਾਣਾ, ਪਰ ਉਹ ਵਾਲੇ ਦਿਨ ਅਸੀਂ ਸਫਾਈਆਂ ਕਰਨੀਆਂ ਇੱਥੇ। ਇਹ ਸਾਰੀ ਧਰਤੀ ਆਪਾਂ ਸਾਫ ਕਰਕੇ ਜਾਣੀ ਆ, ਕਿਉਂਕਿ ਇਹ ਸਾਡੀ ਜਿਹੜੀ ਧਰਤੀ ਸਾਡੀ ਮਾਂ ਆ, ਅਤੇ ਲੋਕਾਂ ਨੂੰ ਪਤਾ ਹੋਵੇ ਕਿ ਕਿਸਾਨ ਜਦੋਂ ਇੱਥੇ ਆਏ ਸੀ। ਚੌਥੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ, ਰਹਿਣ ਬਸੇਰੇ ਦੀ, 4000 ਬੀਬੀਆਂ ਦੀ। 10 ਦਿਨ ਪਹਿਲਾਂ ਠੰਡ ਦੇ ਕਾਰਨ ਇੱਕ ਬਜ਼ੁਰਗ ਸਾਰੀ ਰਾਤ ਸ਼ਿਵਰ ਕਰਦਾ ਰਿਹਾ, ਕੰਬਦਾ ਰਿਹਾ, ਮੈਨੂੰ ਉਹ ਬੁਲਾਇਆ ਗਿਆ, ਮੇਰੇ ਹੱਥਾਂ 'ਚੋਂ ਬਜ਼ੁਰਗ ਦੀ ਮੌਤ ਹੋਈ। ਅਸੀਂ ਉਹ ਚੀਜ਼ ਜਰ ਨਹੀਂ ਪਾਏ ਕਿ ਯਾਰ ਇਹ ਰਾਜੇ ਰਾਣੀਆਂ ਇਹ ਕਿੱਦਾਂ ਸੜਕਾਂ 'ਤੇ ਰਹਿ ਸਕਦੇ ਆ ਠੰਡ ਵਿੱਚ, ਕਿੱਦਾਂ ਅਸੀਂ ਇਹ ਬਿਮਾਰੀ ਜੜ ਤੋਂ ਮੁਕਾਉਣੀ ਆ। ਬਿਮਾਰੀ ਕੀ ਆ? ਠੰਡ।
ਖੰਡ ਨਹੀਂ ਕੀ ਚਾਹੀਦਾ ਰਹਿਣ ਬਸੇਰਾ ਉੱਥੇ ਪੱਕਾ ਬੱਸ ਸਟੈਂਡ ਅਸੀਂ ਲੈ ਲਿਆ ਜਿੱਥੇ ਬਹੁਤ ਜ਼ਿਆਦਾ ਮੁਰੰਮਤ ਹੋਣ ਵਾਲੀ ਸੀ ਭਾਵੇਂ ਤਾਰਾਂ ਭਾਵੇਂ ਵੈਲਡਿੰਗ ਨਵੇਂ ਬਾਥਰੂਮ ਗੀਜ਼ਰ ਹਰ ਇੱਕ ਕੰਮ ਕਰ ਰਹੇ ਹਾਂ ਅਸੀਂ ਬਹੁਤ ਛੋਟੇ ਹਾਂ ਇੱਕ ਹੋਰ ਮੈਂ ਗੱਲ ਕਰਦਾ ਅਸੀਂ ਪੈਸੇ ਕਿਸੇ ਕੋਲ ਨਹੀਂ ਲੈਂਦੇ ਇਹ ਗੱਲ ਮੇਰੀ ਨੋਟ ਕਰ ਲਿਓ ਭਾਵੇਂ ਜਿਹੜੇ ਮਰਜ਼ੀ ਬਾਅਦ ਸਾਨੂੰ ਪੈਸਾ ਦੇਣ ਦੀ ਕੋਸ਼ਿਸ਼ ਨਾ ਕਰਿਓ ਸਾਡੇ ਵੀਰ ਪਹਿਲੀ ਗੱਲ ਸਾਡੀ ਆਪਦੀ ਕਮਾਈ ਆ ਮੇਰੇ ਨਾਲ ਮੇਰੇ ਵੀਰ ਡਾਕਟਰ ਵੀਰ ਦੂਰ ਦੂਰ ਤੋਂ ਜੁੜੇ ਆ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਆਹ ਸਮਾਨ ਚਾਹੀਦਾ ਉੱਥੇ ਪਹੁੰਚ ਜਾਂਦਾ ਬਾਕੀ ਜਿਹੜੀਆਂ ਦੋ ਗੱਲਾਂ ਮੇਰੀਆਂ ਜ਼ਰੂਰੀ ਆ ਇੱਕ ਸਾਨੂੰ ਖਾਲਸਤਾ ਨਹੀਂ ਕਿਹਾ ਜਾਂਦਾ ਉਹ ਇਹ ਜਿਹੜਾ ਤਿਰੰਗਾ ਨਾ ਇਹਦੇ ਲਈ ਅਸੀਂ ਇਹ ਜਾਨਾਂ ਦਿੱਤੀਆਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਭਾਵੇਂ ਪਿੱਛੇ ਚੱਲ ਜਾਓ ਹਰੀ ਸਿੰਘ ਨਲੂਆ ਕਿਸਾਨਾਂ ਦੇ ਪੁੱਤਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਵਾ ਅਸੀਂ ਕਦੀ ਵੀ ਇਸ ਦੇਸ਼ ਦੇ ਟੁਕੜੇ ਹੁੰਦੇ ਵੇਖ ਨਹੀਂ ਸਕਦੇ ਉਹ ਜਿਹੜੇ ਕਹਿੰਦੇ ਸਾਨੂੰ ਖਾਲਿਸਤਾਨੀ ਤੁਸੀਂ ਆਪਣਾ ਦੇਸ਼ ਲੈ ਕੇ ਉੱਧਰ ਹੋ ਸਕਦੇ ਜੋ ਜਿਹੜਾ ਹਿੰਦੁਸਤਾਨੀ ਜਿਹੜਾ ਭਗਤ ਸਿੰਘ ਪੜਿਆ ਜਿਹੜਾ ਊਧਮ ਸਿੰਘ ਪੜਿਆ ਜਿਹੜਾ ਕਰਤਾਰ ਸਿੰਘ ਸਰਾਭਾ ਪੜਿਆ ਜਿਹਨੇ ਬਾਬੇ ਨਾਨਕ ਦੀ ਬਾਣੀ ਪੜ੍ਹੀ ਆ ਉਹ ਕਦੀ ਵੀ ਕਿਸੇ ਵੀ ਦੇਸ਼ ਦੇ ਟੁਕੜੇ ਹੁੰਦੇ ਵੇਖ ਨਹੀਂ ਸਕਦਾ ਸੋ ਮੈਂ ਇਹੋ ਹੀ ਗੱਲਾਂ ਅੰਗਰੇਜ਼ੀ ਵਿੱਚ ਕਰਨਾ ਚਾਹੂੰਗਾ ਕਿਉਂਕਿ ਕਿਤੇ ਨਾ ਕਿਤੇ ਇੰਟਰਨੈਸ਼ਨਲ ਮੀਡੀਆ ਕਿਤੇ ਨਾ ਕਿਤੇ ਸੁੱਤਾ ਵਾ ਮੈਂ ਇਹ ਗੱਲਾਂ ਅਮਰੀਕਾ ਕੈਨੇਡਾ ਤੱਕ ਪਹੁੰਚਾਉਣਾ ਚਾਹੁੰਦਾ ਤੇ ਅੰਗਰੇਜ਼ੀ ਬੋਲ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਤੁਸੀਂ ਮਾਈਂਡ ਨਾ ਕਰੋ ਮੈਂ 2 ਮਿੰਟ ਲਾਉਂਗਾ ਸਤਿ ਸ਼੍ਰੀ ਅਕਾਲ ਜੀ ਮਾਈ ਨੇਮ ਇਜ਼ ਡਾਕਟਰ ਸਵੈਮਾਨ ਸਿੰਘ ਆਮ ਅ ਕਾਰਡੀਓਲੋਜਿਸਟ ਫਰਮ ਯੂ ਐਸ ਏ ਮਾਈ ਡੈਡਸ ਨੇਮ ਇਜ਼ ਜਸਵਿੰਦਰਪਾਲ ਸਿੰਘ ਹੀ ਇਜ਼ ਦ ਫਾਊਂਡਰ ਆਫ SFI ਅਲੋਂਗ ਵਿਦ ਸਰਦਾਰ ਲੈਂਬਰ ਸਿੰਘ ਜੀ ਤੱਗੜ ਹੀ ਵਾਸ ਆਲਸੋ ਦ ਫਰਸਟ ਪ੍ਰੈਜ਼ੀਡੈਂਟ We arrived here because of the pain of our farmers. On TV, you might see pizzas, burgers, but people are literally dying here. Every day in my arms, I've seen people die. I've seen their suffering. If you are a doctor, if you are anything in this world, and you are not suffering with these people, there is something wrong with humanity. You need to learn, and you need to come and see their pain. So, one couple of things I want to note down, couple of things that we are doing on ground. I want to just note, I'm a cardiologist earning good money in America. I was about to sign my contract for next June, but I don't know how long this is going to go on. I never signed my contract. I'm going to stay here as long as I'm needed. And my thing is for all doctors around the world, if you are in for seva, you need to come here and do seva. As a doctor, we should not run towards money. That is not why we became doctors. If you are a doctor, and you became doctor for the right reasons, you need to be here. So a couple of things that we're doing on ground as far as us, our organization. Number one, we're doing medical seva. A lot of people here are elderly. They are very, very fragile, hypertension, blood pressure. There's a lot of problems. We are here to serve 24/7 on our medical library. Medical. Number two is library. The library was started because a lot of people around the world thought that these Kassans, these farmers are illiterate. I want to let them know, these Kassans gave birth to doctors, they gave birth to engineers, they gave birth to entrepreneurs, CEOs around the world, they're gold medalists, they are the cream of the crop around the world. Don't call us illiterate. If you come to our stalls, you will see our learning, you will see, come talk to us. Don't just call us off. Number three that we're doing is for farmers, land is their mother. We are every day cleaning. You will see that we love our land and we will not see it getting dirty. We clean it. Number four, we have done living for 4,000 females. It will be expanded to 10,000, 50,000, as much as needed we will do. The reason we do it, in my hands 10 days ago, an elderly man died. He died because of this cold weather and he was not the only one. Around all these borders there, people are dying, but you're not seeing. I don't know why you're not seeing. I don't know why you're blind, you're deaf. But there are people dying here, they're suffering. But all you can show on TV is pizzas and burgers. That is not what we eat. Kisans, ahi chole chap chap ke apniya janga jittiyan wa ek kisan ya. Asi Harvoot Singh Nalue de agle ha ae wahi pizza burger nahi ha. So number four, I just want to note down to the international media who's calling us Khalistani. Please note down, it was Sardar ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਹਰੀ ਸਿੰਘ ਨਲੂਆ, they are the people who has always protected this land. How dare we ask for a separate land? It is not Sikhs, it is not Kisans, it is not Punjabis who are asking for a separate land. Don't call us separatists. Our Guru, Guru Nanak Dev Ji, has never told us to ever ask for a separate land. We are God-loving people. You saw what's going on in America right now, all these protests. There is not one person here who is being violent.
We are, every day we face violence, but we're not being violent. So please, I beg the international media, I beg all the media in India, stop calling us Khalistanis. We gave our blood for that flag. That Kesari color that you see on the top, that is our blood. That is the blood of Kisans, that is the blood of the farmers. I will end my speech here. Thank you so much for your time. I will just end with one nara. Jai Hind!